ਦੇ ਜਸਟ ਵਾਂਟ ਬੋਂਡਡ ਲੇਬਰ, ਜਿੱਦਾਂ ਆਹ ਜਿਹੜੇ 91, 99 ਹੈਗੇ ਨੇ, ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ, ਕਦੀ ਨਹੀਂ ਬੋਲਦੇ। ਕਿੰਨਾ ਕੁਛ ਹੋਇਆ, NSA ਲੱਗੀ ਪੰਜਾਬ ਦੇ ਵਿੱਚ ਨੌਜਵਾਨਾਂ ਅਤੇ ਸਿੱਖਾਂ 'ਤੇ, ਕਿੱਥੇ ਇਹ 90 MLA ਸੀਗੇ ਬੋਲਿਆ ਕੋਈ ਕਿ ਤੁਸੀਂ NSA ਲਾਉਣ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ ਸੀ, ਤੁਸੀਂ ਉਹਨਾਂ ਨੂੰ ਅਜਨਾਲੇ ਵਾਲੇ ਥਾਣੇ ਦੇ ਕੇਸ ਵਿੱਚ ਪੂਰਾ ਬੁੱਕ ਕਰੋ, 307 ਲਾਓ, ਪੰਜਾਬ ਦੀਆਂ ਜੇਲ੍ਹਾਂ 'ਚ ਰੱਖੋ, ਆਸਾਮ ਕਦੇ ਲਈ ਘਲਾਇਆ ਵਾ। ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ, ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਅਤੇ ਵੋਟਰ ਨਾ ਬਣ ਜਾਏ, ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੋਇਆ, ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ, ਜਾਂ ਗੁਜਰਾਤ ਵਿੱਚ ਆ, ਜਾਂ ਰਾਜਸਥਾਨ ਦੀਆਂ ਸਰਕਾਰਾਂ ਨੇ ਕੀਤੀ। ਇਹ ਇਸ਼ੂ ਆ ਸਾਡਾ, ਜਾਂ ਫਾਰਮਰਸ ਦੇ ਇਸ਼ੂ ਆ, ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ, ਯਾਰ ਹੁਣ ਝੂਠ ਬੋਲੀ ਜਾਂਦੇ, ਨਸ਼ਾ ਅਸੀਂ ਐਂ ਕਰਤਾ, ਨਸ਼ਾ ਤਾਂ ਜੇਲ੍ਹਾਂ 'ਚ ਨਹੀਂ ਮੁੱਕਿਆ ਹੋਇਆ, ਜੇਲ੍ਹਾਂ ਦੇ ਅੰਦਰ ਬਹੁਤ ਨਸ਼ਾ ਵਾ। ਬਸ ਇਹਦੇ 'ਚ ਇਹੀ ਕਹਿਣਾ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ, ਅੱਜ ਮੈਂ ਅਗਰ ਆਜ਼ਾਦ ਤੁਹਾਡੇ ਸਾਹਮਣੇ ਕੈਮਰਿਆਂ ਦੇ ਖੜ੍ਹਾਂ, ਤਾਂ ਇਹ ਇਸ ਦਰਦ ਦੀ ਕਿਰਪਾ ਨਾਲ ਹੀ ਆ, ਅਤੇ ਬਾਕੀ ਜਿਹੜਾ ਲੋਕਾਂ ਨੇ, ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਪਲਾਤੇ ਸਮੇਤ ਅਰਦਾਸਾਂ ਕੀਤੀਆਂ, ਇਹ ਉਹਨਾਂ ਦੀ ਬਦੌਲਤ ਆ। ਅਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ, ਮਤਲਬ ਮੇਰਾ ਇੱਦਾਂ ਚੀਚੀ ਦੇ ਨੌਂ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ 'ਚ, ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀਗੀ, ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨੇਗਾ, ਮੈਂ ਨਿਰਦੋਸ਼ ਹਾਂ, ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ, 4-4 ਮਹੀਨੇ ਦਾ, ਇਹ ਮੇਰਾ ਮੈਂ ਇਹਨੂੰ ਕੱਟਿਆ ਵਾ। ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅੱਛੀ ਸਟੇਟ ਆਫ ਮਾਇੰਡ ਐਂਡ ਵਿਲ ਪਾਵਰ ਦੇ ਨਾਲ ਕੱਟਿਆ ਵਾ, ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ, ਆਸ਼ੀਰਵਾਦ ਲੈਣ ਆਇਆ ਵਾਂ, ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼, ਇਹ ਜਿੱਦਾਂ ਦੇ ਆ ਝੂਠੇ ਝਾਠੇ ਜਿਹੇ ਮੁਕੱਦਮੇ, ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਐਂਡ ਪਾਰਟੀ ਨੇ, ਇਹਨੂੰ ਲੜਨ ਦੀ ਸਮਰੱਥਾ ਦੇ, ਇਕੱਲੇ ਆਪਣੇ ਲੜਨ ਦੀ ਸਮਰੱਥਾ ਨਾ ਦੇ, ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ, ਜਿਹੜੇ ਕਿਸੇ ਨਾਲ ਵੀ ਅਨਿਆਏ ਅਤੇ ਜ਼ੁਲਮ ਹੋਵੇ, ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ, ਇਹ ਅਰਦਾਸ ਕਰਨ ਆਇਆ ਮੈਂ। ਸਰ, ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ, ਤੁਹਾਡਾ ਤਾਂ ਕੀ ਸਟੈਂਡ ਹੈ? ਦੇਖੋ, ਉਹ ਇੱਕ ਅਲੱਗ ਸਬਜੈਕਟ ਆ, ਅੱਜ ਮੈਂ ਵੈਸੇ ਉਹਦੇ ਗੱਲ ਨਹੀਂ ਕਰ ਰਿਹਾ, ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ, ਦੇਖੋ ਇਸ ਤਰ੍ਹਾਂ ਨਾਲ ਆ ਕਿ ਇੰਡੀਆ ਪੱਧਰ ਦੇ ਉੱਤੇ ਨੈਸ਼ਨਲ ਲੈਵਲ 'ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ BJP, ਉਹ ਸਾਰੇ ਦੇਸ਼ ਵਿੱਚ ਸਾਰੀ ਪੋਲੀਟੀਕਲ ਓਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ, ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲੀਟੀਕਲ ਓਪੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਪੇਅਰ ਕੀਤਾ ਗਿਆ। ਫਾਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ ਨੀਚੇ ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ, ਸਾਰਿਆਂ ਦੇ ਉੱਤੇ ED ਔਰ CBI ਨੇ ਮੁਕੱਦਮੇ ਦਰਜ ਕੀਤੇ ਆ, ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪੱਧਰ 'ਤੇ ਦਿੱਤਾ, ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਰੀਸੈਂਟਲੀ, ਉਹਦੇ 'ਚ ਉਹਨਾਂ ਨੂੰ ਵੀ ਨਾ, ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਿਡ ਦ ਨੇਮਸ। ਸੋ ਦੇਅਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਸਾਰੇ ਗੱਠਜੋੜ ਕੀਤਾ ਇੰਡੀਆ ਅਲਾਇੰਸ, ਅਸੀਂ ਮੈਂ ਉਸ ਅਲਾਇੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ, ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ, ਚਾਹੇ ਉਹ ਕੇਜਰੀਵਾਲ ਕਹਿ ਲਓ ਜਾਂ ਭਗਵੰਤ, ਜਾਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪੱਧਰ 'ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ,
ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ। ਔਰ ਜਿੱਦਾਂ ਦਾ ਵੀ ਉਹ ਕਰਨਗੇ, ਕੀ ਕਰਦੇ ਨੇ, ਕਿੱਦਾਂ ਕਰਦੇ ਨੇ, ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਇੰਸ ਡਜ਼ਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ, ਕਿਉਂਕਿ ਆਪਣਾ ਉਦੇਸ਼ ਕੀ ਆ? ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ 'ਤੇ 2024 ਵਿੱਚ BJP ਨੂੰ ਰੋਕਿਆ ਜਾਵੇ, ਅਤੇ ਪੰਜਾਬ ਦੇ ਵਿੱਚ ਪਹਿਲਾਂ ਰੁਕੀ ਹੋਈ ਆ। ਦੇਰ ਇਜ਼ ਨੋ ਪੁਆਇੰਟ ਫੋਰ ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ, ਮਤਲਬ ਅਕੋਰਡਿੰਗ ਟੂ ਦਾ ਸਟਰੈਂਥ, ਨੰਬਰ 1 ਪਾਰਟੀ ਆਮ ਆਦਮੀ ਪਾਰਟੀ, ਨੰਬਰ 2 ਕਾਂਗਰਸ ਆ, ਇੱਕ ਨੰਬਰ ਅਤੇ 2 ਨੰਬਰ ਦੀ ਪਾਰਟੀ ਇਕੱਠੀ ਹੋ ਕੇ ਅਤੇ 4th ਨੰਬਰ ਦੀ ਪਾਰਟੀ ਨੂੰ ਡਿਫੀਟ ਕਰਨ ਦਾ ਤਾਂ ਤੁੱਕ ਨਹੀਂ ਬਣਦੀ। ਹੁਣ ਦੇਖਦੇ ਹਾਂ ਕਿ ਅਗਰ ਹੁੰਦਾ ਜਾਂ ਨਹੀਂ ਹੁੰਦਾ, ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂੰਗਾ। ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਗੈਰ ਹੀ BJP ਸਟੈਂਡਸ ਡਿਫੀਟਿਡ। ਤੇ ਸਰ ਤੁਸੀਂ ਪਾਰਟ ਹੋਗੇ ਜੇਕਰ ਗੱਠਜੋੜ ਹੋ ਜਾਂਦਾ, ਪਰ ਕਿਉਂਕਿ ਤੁਹਾਨੂੰ ਮੈਂ ਕਿਹਾ ਨਾ, ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ, ਸਰਕਾਰ ਬਾਰੇ, ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ, ਫੋਟੋਆਂ ਖਿਚਾਉਣ ਜਾ ਰਹੇ ਨੇ, ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ, ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਹਲੀ 'ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਂਸਲ ਕਰਾਉਣ ਲਈ, ਮੇਰੀ ਆਜ਼ਾਦੀ ਨੂੰ ਮਤਲਬ ਖੋਣ ਵਾਸਤੇ। ਅਤੇ ਉਹ ਤਾਂ ਅਲੱਗ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਐਂਟਰਟੇਨ ਨਹੀਂ ਕੀਤਾ, ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ। ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ, ਇੱਕ ਪਾਸੇ ਮਤਲਬ ਕਾਂਗਰਸ ਦੇ ਲੀਡਰਾਂ ਨਾਲ ਜਾ ਕੇ ਗੁਲਦਸਤੇ ਲੈ ਕੇ ਫੋਟੋਆਂ ਖਿਚਾ ਰਹੇ ਹੋ, ਇੱਕ ਪਾਸੇ ਉਸੇ ਪਾਰਟੀ ਦੇ ਆਗੂਆਂ ਨੂੰ ਤੁਸੀਂ ਝੂਠੇ, ਜਾਂ ਤਾਂ ਹੋਵੇ ਨਾ ਕੋਈ ਮੇਰੇ 'ਚ ਕੋਈ ਕਾਰਨ ਹੁੰਦਾ, ਉਹ ਝੂਠ ਤਾਂ ਇਹਨਾਂ ਦਾ ਇਸਟੈਬਲਿਸ਼ ਹੁਣ ਇੱਥੋਂ ਤੱਕ ਓਨਰੇਬਲ ਸੁਪਰੀਮ ਕੋਰਟ ਨੇ ਵੀ ਕਹਿਤਾ ਦੈਟ ਹੀ ਕੁਡ ਨੋਟ ਹੈਵ ਬੀਨ ਇਨਵੈਸਟੀਗੇਟਡ ਅੰਡਰ NDPS ਦੇ ਇਸ ਓਫੈਂਸਿਸ, ਬਿਕੋਜ਼ ਓਨਰੇਬਲ ਸੁਪਰੀਮ ਕੋਰਟ ਨੇ ਮੇਰੇ ਸਮਨਸ ਕੁਆਸ਼ ਕੀਤੇ ਹੋਏ ਸੀਗੇ। ਸੋ ਇਸ ਕਰਕੇ ਹੁਣ ਤੁਸੀਂ ਪੁੱਛ ਰਹੇ ਖਹਿਰਾ ਕਿਉਂ, ਮੈਨੂੰ ਲੱਗਦਾ ਵਾ ਕਿ ਮੇਰੇ ਮੁੱਦਿਆਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ। ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ, ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਅਤੇ ਵੋਟਰ ਨਾ ਬਣ ਜਾਏ, ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੋਇਆ, ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ, ਜਾਂ ਗੁਜਰਾਤ ਵਿੱਚ ਆ, ਜਾਂ ਰਾਜਸਥਾਨ ਦੀਆਂ ਸਰਕਾਰਾਂ ਨੇ ਕੀਤੀ। ਇਹ ਇਸ਼ੂ ਆ ਸਾਡਾ, ਜਾਂ ਫਾਰਮਰਸ ਦੇ ਇਸ਼ੂ ਆ, ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ, ਯਾਰ ਹੁਣ ਝੂਠ ਬੋਲੀ ਜਾਂਦੇ, ਨਸ਼ਾ ਅਸੀਂ ਐਂ ਕਰਤਾ, ਨਸ਼ਾ ਤਾਂ ਜੇਲ੍ਹਾਂ 'ਚ ਹੀ ਨਹੀਂ ਮੁੱਕਿਆ ਹੋਇਆ, ਜੇਲ੍ਹਾਂ ਦੇ ਅੰਦਰ ਬਹੁਤ ਨਸ਼ਾ ਵਾ। ਸੋ ਜਾਂ ਮੈਂ ਬੇਅਦਬੀਆਂ ਦੀ ਗੱਲ ਕਰਦਾ, ਜਾਂ ਮੈਂ ਪੁੱਛਦਾ ਕਿ ਤੁਸੀਂ ਕਟਾਰੂ ਚੱਕ 'ਤੇ ਕਿਉਂ ਨਹੀਂ ਐਕਸ਼ਨ ਲਿਆ, ਜਾਂ ਮੈਂ ਪੁੱਛਦਾ ਕਿ ਮਾਣੂ ਕੇ ਜਿਹੜੀ ਸਰਬਜੀਤ, ਉਹਨੇ ਕੋਠੇ 'ਤੇ ਕਬਜ਼ਾ ਕੀਤਾ, ਤੁਸੀਂ ਉਹਦੇ 'ਚ ਕੀ ਐਕਸ਼ਨ ਲਿਆ? ਜਦ ਉਹਨਾਂ ਦੇ ਕੋਲ ਮੇਰੇ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਗਾ, ਜਿੱਦਾਂ ਪਿੰਡਾਂ ਦੇ ਵਿੱਚ ਸਾਦੀ ਨਹੀਂ ਹੁੰਦੀ, ਜਦੋਂ ਆਪਾਂ ਕੋਈ ਪਿੰਡਾਂ 'ਚ ਜਦੋਂ ਦਲੀਲ ਮੁੱਕ ਜਾਂਦੀ, ਜਿਹੜੇ ਮੂਰਖ ਬੰਦੇ ਹੁੰਦੇ, ਫਿਰ ਤੁਹਾਡੇ ਉਹ ਗਲ ਪੈਂਦੇ ਨੇ, ਇਹ ਮੇਰੇ ਗਲ ਪਏ ਨੇ, ਐਂਡ ਦੇ ਹੈਵ ਇਨਵੋਲਵਡ ਮੀ ਫਾਲਸਲੀ ਇਨ ਅ ਵੈਰੀ ਡੇਂਜਰਸ ਲਾਈਫ ਥਰੈਟਨਿੰਗ ਕੇਸ। ਇਹ ਤਾਂ ਪਰਮਾਤਮਾ ਵਾਹਿਗੁਰੂ ਬੜਾ ਬੇਅੰਤ ਆ, ਅਤੇ ਲੋਕਾਂ ਦੀਆਂ ਅਰਦਾਸਾਂ ਕਰਕੇ ਮੈਂ ਬਚਿਆ। ਅਗਰ ਇਹਨਾਂ 'ਤੇ ਛੱਡਿਆ ਜਾਂਦਾ, ਆਈ ਥਿੰਕ ਦੇ ਆਰ ਲੁਕਿੰਗ ਐਟ ਯੂ ਮਾਈ ਫਿਜ਼ੀਕਲ ਇਲੀਮੀਨੇਸ਼ਨ, ਯੂ ਨੋ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਸਾਰੀ ਦੁਨੀਆ 'ਚ ਕਿ ਦੇਖੋ ਕਿੰਨਾ ਝੂਠ ਕੋਕਾ ਹੋ ਰਿਹਾ ਵਾ। ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ, ਕਿ ਇਹ ਲੋਰੈਂਸ ਬਿਸ਼ਨੋਈ ਔਰ ਸ਼ਾਇਦ ਜੱਗੂ ਭਗਵਾਨਪੁਰੀਏ ਦੇ ਨਾਲ ਇਹਦੇ ਤਲੁਕਾਤ ਅਸੀਂ ਵੈਰੀਫਾਈ ਕਰਨੇ। ਜਦ ਇਹ ਉੱਥੇ ਬਿਆਨ ਦੇ ਰਹੇ ਸੀਗੇ, ADGP ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜਿਹੀ ਸੀਰੀਅਸ ਇਨਪੁੱਟ ਆ ਕਿ ਖੈਰੇ ਨੂੰ ਲੋਰੈਂਸ ਬਿਸ਼ਨੋਈ ਅਤੇ ਗਰੁੱਪ ਤੋਂ ਖਤਰਾ ਵਾ, ਇਹ ਉਹਨਾਂ ਕੋਲ ਇਨਪੁੱਟ ਪਈ ਆ, ਅਤੇ ਕੋਰਟ 'ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤਲੁਕਾਤ ਹੈਗੇ ਆ। ਔਰ ਮੈਂ ਤਾਂ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਆਈ ਐਮ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ ਨੋ ਅਪੋਜ਼ ਸੱਚ ਗੈਂਗਸਟਰ ਕਲਚਰ। ਆਈ ਹੈਵ ਆਲਸੋ ਅਪੋਜ਼ਡ ਕਿ ਜਿਹੜਾ ਜੇਲ੍ਹਾਂ 'ਚੋਂ ਬੈਠੇ ਇੰਟਰਵਿਊ ਦਿੰਦੇ, ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਹਾਊ ਕੁਡ ਆਈ ਬੀ ਅ ਲਾਈਨ ਬੀ ਅ ਪਾਰਟ ਆਫ ਸੱਚ ਥਿੰਗ? ਸੋ
ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਅਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ। ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖਤਾਰ ਅੰਸਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ 55 ਲੱਖ ਰੁਪਇਆ ਖਰਚਿਆ, ਪ੍ਰਾਈਵੇਟ ਲੋਇਰਸ ਖੜ੍ਹੇ ਕੀਤੇ ਨੇ। ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ, ਇੰਕਲੂਡਿੰਗ ਸੁਪਰੀਮ ਕੋਰਟ, ਇੰਕਲੂਡਿੰਗ ਹਾਈ ਕੋਰਟ ਦੀ ਫੀਸ, 5 ਕਰੋੜ ਰੁਪਇਆ ਖਰਚਾ ਆ। ਹਾਂਜੀ, ਮੇਰੇ ਖਿਲਾਫ ਜਿਹੜੇ ਲੋਇਰਸ ਇੰਗੇਜ ਕੀਤੇ, ਆਈ ਡੋ ਨੋਟ ਵਾਂਟ ਟੂ ਨੇਮ ਦ ਮੋਸਟ ਟੂ ਇੰਪੋਰਟੈਂਟ ਲੋਇਰਸ, ਸ਼ਾਇਦ ਉਹਨਾਂ ਦੇ 20-25 ਲੱਖ ਰੁਪਇਆ ਪਰ ਪੇਸ਼ੀ ਦੀ ਹੇਅਰਿੰਗ ਆ। ਮੈਂ ਤੁਹਾਨੂੰ ਕਿਹਾ ਨਾ, ਮੈਨੂੰ ਮੈਂ ਤਾਂ ਤੁਹਾਨੂੰ ਕਿਹਾ ਕਿ ਜਦ ਉਹਨਾਂ ਨੂੰ ਕੋਈ ਮੁੱਦਿਆਂ ਦਾ ਮੇਰਾ ਜਵਾਬ ਨਹੀਂ ਗਾ ਅਤੇ ਮੈਨੂੰ ਮੇਰੀ ਆਵਾਜ਼ ਬੰਦ ਕਰਾਉਣ ਵਾਸਤੇ ਉਹਨਾਂ ਨੇ ਹਰ ਕੋਝਾ ਹੱਥਕੰਡਾ ਵਰਤਿਆ ਵਾ, ਮੈਂ ਪਰ ਮੈਂ ਇਹੀ ਕਹਿ ਸਕਦਾ ਮਤਲਬ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਾ ਪਿਆਰ ਨਾਲ, ਤਾਂ ਮੈਂ ਉਦਣ ਵੀ ਕਿਹਾ ਸੀਗਾ ਤੁਸੀਂ ਮਤਲਬ ਖੈਰੇ ਨੂੰ ਪਿਆਰ ਨਾਲ ਜਿਹੜਾ ਮਰਜ਼ੀ ਮੁੱਲ ਲੈ ਸਕਦਾ ਪਰ ਬਾਂਹ ਮਰੋੜ ਕੇ ਡਰਾਇਆ ਨਹੀਂ ਜਾ ਸਕਦਾ। ਐਂਡ ਆਈ ਆਲਸੋ ਕੋਟਡ ਦੀ ਅਦਰ ਡੇ, ਜੇ ਫਿਰ ਇਹਦਾ ਮਤਲਬ ਭਗਵੰਤ ਨੇ, ਚਲੋ ਕੇਜਰੀਵਾਲ ਨੂੰ ਤਾਂ ਪੰਜਾਬ ਦਾ ਇਤਿਹਾਸ ਨਹੀਂ ਪਤਾ, ਉਹਦਾ ਬਾਹਰ ਦਾ, ਭਗਵੰਤ ਨੂੰ ਤਾਂ ਪੜ੍ਹਿਆ ਹੋਣਾ ਚਾਹੀਦਾ ਸੀ ਨਾ ਕਿ ਇੱਥੇ ਜ਼ਕਰੀਆ ਖਾਨ, ਇੱਥੇ ਨਾਦਰ ਸ਼ਾਹ, ਇੱਥੇ ਅਹਿਮਦ ਸ਼ਾਹ ਅਬਦਾਲੀ, ਆਹ ਇਸੇ ਦਰਬਾਰ ਸਾਹਿਬ ਦੇ ਵਿੱਚ ਮੱਸੇ ਰੰਗੜ ਅਰਗੇ, ਕਿੰਨਾ ਅੱਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਹੋਇਆ, ਕਿੰਨੇ ਘੱਲੂਘਾਰੇ ਹੋਏ, 35-35 ਹਜ਼ਾਰ ਆਦਮੀ ਹੈਜ਼ ਬੀਨ ਸਲੋਟਡ, ਬੱਚੇ ਔਰਤਾਂ ਨੇ ਸਪੇਅਰ ਕੀਤੀਆਂ, ਛੋਟੇ ਛੋਟੇ ਬੱਚੇ, ਉਹ ਕੌਮ ਨੂੰ ਤਾਂ ਖਤਮ ਕਰਨ ਵਿੱਚ ਉਹਨਾਂ ਨੇ ਕੋਈ ਕਸਰ ਹੀ ਨਹੀਂ ਛੱਡੀ। ਕੀ ਡਰਾ ਸਕੇ ਸਾਡੇ ਕੌਮ ਨੂੰ, ਸਾਡੇ ਪੁਰਖਿਆਂ ਨੂੰ, ਸਾਡੇ ਗੁਰੂਆਂ ਨੂੰ, ਸਾਡੇ ਸਾਹਿਬਜ਼ਾਦਿਆਂ ਨੂੰ ਨਹੀਂ ਨਾ ਡਰਾ ਸਕੇ, ਤਾਂ ਇਹਨੇ ਪੜ੍ਹਿਆ ਕੀ ਹੈ ਫਿਰ? ਇੱਦਾਂ ਡਰਨ ਵਾਲਿਆਂ 'ਚੋਂ ਮੈਂ ਤਾਂ ਹੈ ਨਹੀਂਗਾ। ਆਈ ਕੈਨ ਫੇਸ ਐਨੀਥਿੰਗ, ਬਟ ਇਫ ਦੇ ਥਿੰਕ ਦੈਟ ਦੇ ਕੈਨ ਕਾਓ ਮੀ ਡਾਊਨ ਔਰ ਦੇ ਕੈਨ ਇੰਟਰਮੀਡੇਟ ਮੀ ਔਰ ਦੇ ਕੈਨ ਥਰੈਟਨ ਮੀ, ਦੈਨ ਭਗਵੰਤ ਪ੍ਰੋਬੇਬਲੀ ਡਜ਼ਨਟ ਨੋ ਦੀ ਹਿਸਟਰੀ ਆਫ ਪੰਜਾਬ ਐਂਡ ਡਜ਼ਨਟ ਨੋ ਮੀ ਐਜ਼ ਵੈਲ। ਅਸ਼ੋਕ ਤੰਵਰ ਛੱਡ ਗਏ, ਉਹ ਕਹਿੰਦੇ ਜੀ ਮੈਂ ਇਸ ਗਠਬੰਧਨ ਦਾ ਪਾਰਟ ਨਹੀਂ ਬਣ ਸਕਦਾ, ਇਹਦੇ ਵਿੱਚ ਕੀ ਕਾਂਗਰਸ ਅਤੇ ਆਮ ਆਦਮੀ? ਦੇਖੋ ਮੋਟੇ ਤੌਰ 'ਤੇ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਆਪਣੀ ਪਾਰਟੀ ਦੇ ਦਾਇਰੇ ਵਿੱਚ ਰਹਿ ਕੇ, ਕਿਉਂਕਿ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਖਤਰਾ ਹੋ ਰਿਹਾ। ਮੈਂ ਆਪਣੀ ਗੱਲ, ਮੇਰੇ ਨਾਲ ਤਾਂ ਬਹੁਤ ਅਨਿਆਇ ਹੋਇਆ ਵਾ, ਪਰ ਮੈਂ ਫਰਾਕ ਦਿਲੀ ਦਿਖਾਉਂਦਾ ਹੋਇਆ ਵੱਡਾ ਦਿਲ ਕਰਕੇ, ਅਗਰ ਸਾਡੀ ਪਾਰਟੀ ਨੈਸ਼ਨਲ ਪੱਧਰ ਦੇ ਉੱਤੇ ਕੋਈ ਸਮਝੌਤਾ ਕਰਦੀ ਆ ਇਹਨਾਂ ਦੇ ਨਾਲ ਜਾਂ ਹੋਰਨਾਂ ਸਟੇਟਾਂ ਵਿੱਚ ਕਰਦੀ ਆ, ਆਈ ਵਿਲ ਅਬਾਈਡ ਬਾਈ ਦ ਪਾਰਟੀ। ਬਟ ਅਗੇਨ ਮਾਈ ਇਨਪੁੱਟ ਇਜ਼ ਕਿ ਦੇਰ ਇਜ਼ ਨੋ ਨੀਡ ਫੋਰ ਐਨ ਅਲਾਇੰਸ ਇਨ ਪੰਜਾਬ ਬਾਈ ਨੰਬਰ 1 ਐਂਡ ਨੰਬਰ 2 ਪਾਰਟੀ ਟੂ ਡਿਫੀਟ ਦ ਬੀਜੇਪੀ। ਬੀਜੇਪੀ ਪੰਜਾਬ ਦੇ ਵਿੱਚ ਅੱਜ ਦੀ ਡੇਟ 'ਚ ਮੇਰਾ ਮੰਨਣਾ ਵਾ ਕੋਈ ਇੱਕ ਸੀਟ ਵੀ ਨਹੀਂ ਜਿੱਤਦੀ, ਅਤੇ ਫਿਰ ਅਸੀਂ ਕਾਹਦੇ ਲਈ ਇਕੱਠੇ ਹੋਣਾ ਵਾ? ਔਰ ਜਿਹੜਾ ਇਕੱਲਾ ਮੇਰਾ ਨਹੀਂ ਨਾ ਹੈਗਾ, ਮੇਰੇ ਤੋਂ ਇਲਾਵਾ ਜਿਹੜਾ ਸਰਪੰਚ ਪੱਧਰ 'ਤੇ ਵਿਕਟਮਾਈਜ਼ ਕੀਤਾ ਲੋਕਾਂ ਨੂੰ, ਉਹਨਾਂ ਦੀਆਂ ਸਾਰੀਆਂ ਗ੍ਰਾਂਟਾਂ ਬੰਦ ਕਰਕੇ ਰੱਖੀਆਂ, ਸਰਪੰਚਾਂ ਨੂੰ ਚੋਰ ਕਿਹਾ ਗੌਰਮੈਂਟ ਨੇ ਕਿ ਬੇਈਮਾਨ ਨੇ ਇਹ, ਮਿਊਂਸੀਪਲ ਕਮੇਟੀਆਂ ਤੋੜੀਆਂ, ਜਿਹੜੇ ਪਰਚੇ ਦਰਜ ਹੋਏ ਪੰਜਾਬ ਦੇ ਵਿੱਚ, ਜੋ ਧੱਕਾ ਅਤੇ ਜ਼ੁਲਮ ਪੁਲਿਸ ਤੰਤਰ ਅਤੇ ਸਿਵਲ ਮਸ਼ੀਨਰੀ ਨੇ 12-13 ਹਜ਼ਾਰ ਪਿੰਡਾਂ ਤੱਕ ਕੀਤਾ, ਕਮੇਟੀਆਂ ਤੱਕ ਕੀਤਾ, ਉਹ ਕਿਹੜੇ ਮੂੰਹ ਨਾਲ ਇਹਨਾਂ ਦੇ ਨਾਲ ਇਕੱਠੇ ਹੋ ਕੇ ਵੋਟਾਂ ਪਾਉਣ ਦੀ ਗੱਲ ਕਰਨਗੇ? ਸੋ ਇਟ ਡਜ਼ਨਟ ਮੇਕ ਸੈਂਸ, ਬਟ ਆਪਾਂ ਦੇਖਦੇ ਹਾਂ। ਲਾਸਟ ਕੁਐਸਚਨ ਹੈ ਜੀ, ਕੁੰਵਰ ਵਿਜੇ ਪ੍ਰਤਾਪ ਵੀ ਨਾਰਾਜ਼ ਨੇ ਇਹਨਾਂ? ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਕਾਬਲ ਅੱਛਾ ਇਨਸਾਨ ਆ ਔਰ ਇੱਕ ਪੜ੍ਹਿਆ ਲਿਖਿਆ ਵਿਅਕਤੀ, ਔਰ ਮੈਂ ਇੱਥੋਂ ਅੰਦਾਜ਼ਾ ਲਾਇਆ ਕਿ ਉਹਨੂੰ ਤਾਂ ਪਹਿਲੇ ਦਿਨ ਜਿੱਦਣ ਗੌਰਮੈਂਟ ਬਣੀ ਸੀ, ਆਈ ਵਾਜ਼ ਐਕਸਪੈਕਟਿੰਗ ਕਿ ਉਹਨੂੰ ਮਿਨਿਸਟਰ ਬਣਾਉਣਗੇ, ਜਿੱਦਣ ਉਹਨੂੰ ਮਿਨਿਸਟਰ ਹੀ ਨਹੀਂ ਬਣਾਇਆ, ਤਾਂ ਦੈਟ ਮੀਨਸ ਦੈਟ ਸ਼ੋਜ਼ ਕਿ ਕੇਜਰੀਵਾਲ ਐਂਡ ਪਾਰਟੀ ਡੂ ਨੋਟ ਵਾਂਟ ਐਜੂਕੇਟਿਡ ਲੀਡਰਸ, ਦੇ ਜਸਟ ਵਾਂਟ ਬੋਂਡਿਡ ਲੇਬਰ, ਜਿੱਦਾਂ ਆਹ ਜਿਹੜੇ 91-99-90 ਹੈਗੇ ਨੇ, ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ, ਕਦੀ ਨਹੀਂ ਬੋਲਦੇ। ਕਿੰਨਾ ਕੁਛ ਹੋਇਆ, NSA ਲੱਗੀ ਪੰਜਾਬ ਦੇ ਵਿੱਚ ਨੌਜਵਾਨਾਂ ਅਤੇ ਸਿੱਖਾਂ 'ਤੇ, ਕਿੱਥੇ ਇਹ 90 MLA ਸੀਗੇ ਬੋਲਿਆ ਕੋਈ ਕਿ ਤੁਸੀਂ NSA ਲਾਉਣ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ ਸੀ? ਤੁਸੀਂ ਉਹਨਾਂ ਨੂੰ ਅਜਨਾਲੇ ਵਾਲੇ ਥਾਣੇ ਦੇ ਕੇਸ ਵਿੱਚ ਪੂਰਾ ਬੁੱਕ ਕਰੋ, 307 ਲਾਓ, ਪੰਜਾਬ ਦੀਆਂ ਜੇਲ੍ਹਾਂ 'ਚ ਰੱਖੋ, ਆਸਾਮ ਕਾਹਦੇ ਲਈ ਘਲਾਇਆ ਵਾ? ਕਿੰਨਾ ਕੁਛ ਹੋਰ
ਹੋ ਰਿਹਾ ਵਰਤਾਰਾ ਕਿ ਮੈਨੂੰ ਬੇਅਦਬੀ ਵਾਸਤੇ ਵਕੀਲ ਤੱਕ ਨਹੀਂ ਪ੍ਰੋਵਾਈਡ ਕਰਵਾਈ ਗਈ। ਹਾਂ ਬਿਲਕੁਲ, ਜੋ ਕੁਛ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਆ ਬਿਕੋਜ਼ ਹੀ ਵਾਜ਼ ਇਨ ਦਾ ਨੋ ਹਾਓ ਇਨ ਡੀਪ ਇਨਵੈਸਟੀਗੇਸ਼ਨ ਦਾ ਹਿੱਸਾ ਰਹੇ ਨੇ, ਉਹਨਾਂ ਨੂੰ ਪਤਾ ਔਰ ਉਹਨਾਂ ਦਾ ਕਿਹਾ ਹੋਇਆ, ਮਤਲਬ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਵਾਂ ਕਿ ਉਹ ਇਕੱਲੇ ਨਾਰਾਜ਼ ਨੇਗੇ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵਾ ਕਿ ਕੇਜਰੀਵਾਲ ਅਤੇ ਭਗਵੰਤ ਬੇਅਦਬੀਆਂ ਨੂੰ ਲੈ ਕੇ ਸੀਰੀਅਸ ਨਹੀਂ। ਫੁਲਕਾ ਸਾਹਿਬ ਨੇ ਤੁਹਾਨੂੰ ਪਤਾ ਕੀ ਕਿਹਾ ਵਾ ਉਦਣ, ਜਿਹੜੇ ਕੇਸਿਸ ਸੁਪਰੀਮ ਕੋਰਟ ਵਿੱਚ ਡੀਲ ਕਰ ਰਹੇ ਨੇ ਨਾ, ਜਿੱਥੇ ਡੇਰੇ ਦਾ ਨਾਮ ਵੱਜਦਾ ਵਾ ਉੱਥੇ ਕੋਈ ਵੱਡਾ ਵਕੀਲ ਹੀ ਨਹੀਂ ਪੇਸ਼ ਹੁੰਦਾ, ਉੱਥੇ ਛੋਟੇ ਤੋਂ ਛੋਟਾ ਵਕੀਲ ਪੇਸ਼ ਕਰਦੇ ਨੇ ਟੂ ਹੈਲਪ ਟੂ ਫੈਸਿਲੀਟੇਟ ਦੀ ਅਦਰ ਪਾਰਟੀ। ਖਹਿਰੇ ਦੇ ਖਿਲਾਫ 25 ਲੱਖ ਰੁਪਇਆ ਫੀਸ ਵਾਲਾ ਬੰਦਾ ਦੋ ਖੜੇ ਕੀਤੇ ਇਕੱਠੇ ਹੀ, ਔਰ ਅਖੀਰ ਤਾਂ ਪੂਰਾ ਟਿੱਲ ਲਾਇਆ ਕਿਸੇ ਤਰੀਕੇ ਨਾਲ, ਮਤਲਬ ਮਿੰਨਤਾਂ ਹੀ ਰਹਿ ਗਈਆਂ ਸੀ ਧਰਲੇ ਕਿ ਇਹਦੀ ਜ਼ਮਾਨਤ ਕੈਂਸਲ ਕਰੋ, ਪਰ ਉਹ ਮੈਂ ਜਿੱਦਾਂ ਕਿਹਾ ਕਿ ਵਾਹਿਗੁਰੂ ਪਰਮਾਤਮਾ ਬਹੁਤ ਬਿਆਨਤਾ। ਆਪਾਂ ਗੱਲ ਕਰੀਏ ਜਿਹੜੇ ਬੇਅਦਬੀਆਂ ਦੇ ਕੇਸਿਸ ਚੱਲ ਰਹੇ, ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਐਕਸਪੋਜ਼ ਕੀਤਾ ਵਾ, ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇਰਿਟੀਜ਼ ਰੋਂਗ ਨੇ। ਔਰ ਜੱਡਾ ਭਗਵੰਤ ਨੇ ਇੰਨੀ ਐਨਰਜੀ ਵੇਸਟ ਕੀਤੀ ਆ ਟੂ ਵਿਕਟਮਾਈਜ਼ ਪੀਪਲ, ਪਰਚੇ ਦਰਜ ਕਰਕੇ, ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ, ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪਨਸੇਟ ਕਰੋ ਜਿਹੜੇ ਫਲੱਡਸ ਆਏ ਸੀਗੇ, ਅੱਜ ਤਾਈਂ ਨਹੀਂ ਕੀਤਾ ਉਹਨਾਂ ਨੂੰ, ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ, ਹੋਸਪਿਟਲਸ ਦੀ ਗੱਲ ਕਰ ਰਹੇ ਹੋ, ਡੂ ਸਮਥਿੰਗ ਗੁੱਡ, ਕਰਬ ਦਾ ਡਰੱਗਸ, ਬੇਅਦਬੀ 'ਚ ਇਨਸਾਫ ਦਿਓ, ਇਹ ਜਿਹੜਾ ਇਹਨੂੰ ਠੋਕ ਦਿਓ, ਇਹਨੂੰ ਫੜ ਦਿਓ। ਇੰਨਾ ਜ਼ੁਲਮ ਤਾਂ ਕਦੀ ਕੈਪਟਨ ਦੇ ਬਾਦਲ ਨੇ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰ। ਮੈਂ ਤੁਹਾਨੂੰ ਦੱਸਦਾ 1000 ਆਦਮੀ ਆ 90 ਜੇਲ੍ਹ 'ਚ, 900 ਬੰਦਾ ਗੋਲੀਆਂ 'ਤੇ ਲੱਗਾ ਹੋਇਆ ਪੱਕਾ ਹੀ। ਦੇਰ ਇਜ਼ ਨੋ ਨਥਿੰਗ ਨੋਨ ਐਜ ਡੀ ਐਡਿਕਸ਼ਨ। ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ, ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ। ਡੀ ਐਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ, ਬਟ ਆਲ ਇਨਫੈਕਟ ਮਤਲਬ ਤੁਸੀਂ ਅੰਦਾਜ਼ਾ ਲਾ ਲਓ 90% ਅੰਦਰ ਜੇਲ੍ਹ ਦੇ ਲੋਕ ਉਹ ਡੇਲੀ ਡੋਜ਼ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ, ਐਡਿਕਟਸ ਬਣਾਇਆ ਜਾ ਰਿਹਾ। ਰਾਮ ਮੰਦਿਰ ਤਾਂ ਕੀ ਕਹੋਗੇ ਜੀ, ਜਿਹੜਾ ਬੜਾ ਵੱਡਾ ਇੱਕ ਹੋ ਜਾ। ਮੈਂ ਤਾਂ ਇੰਨਾ ਕਹੂੰਗਾ ਕਿ ਅਸੀਂ ਤਾਂ ਯਾਰ ਸਾਰੇ, ਮੈਨੂੰ ਤਾਂ ਬਚਪਨ ਤੋਂ ਇਹ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੋ। ਧੰਨਵਾਦ ਸਰ। ਡੇਰਾ ਮੁਖੀ ਨੂੰ ਵਾਰ ਵਾਰ ਪ੍ਰੋਬਲਮ ਦਿੱਤੀ ਜਾ ਰਹੀ, ਇਹਦੇ ਬਾਰੇ ਕੀ ਕਹਿਣਾ? ਉਹ ਤਾਂ ਹੁਣ ਚਲੋ ਕੰਮ ਤਾਂ ਕੋਰਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ, ਬਟ ਹੁਣ ਮੈਂ ਉਹਦੇ 'ਚ ਲੀਗਲੀ ਤਾਂ ਆਈ ਕੈਨੋਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘ। ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਆ, ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇੱਦਾਂ ਦੇ ਬੰਦਿਆਂ ਨੂੰ ਰਿਪੀਟਡਲੀ, ਤੁਸੀਂ ਹੁਣ ਸਮਝੋ ਨਾ ਮੇਰੇ ਤੋਂ ਘੁਆ ਕੇ ਮੇਰੀ ਬੇਲ ਨੇ ਨਾ ਕੈਂਸਲ ਕਰਾਉਣੀ। ਹਾਂਜੀ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ, ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਸਭ ਦਾ ਧਰਮਾਂ ਦਾ ਸਤਿਕਾਰ ਕਰੋ। ਮੈਂ ਮੰਦਿਰ ਮਸਜਿਦ ਈਦਗਾਹ ਔਰ ਚਰਚ, ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ।